ਤੁਹਾਡੇ ਪੀਰਾਂ ਦੇ ਸਾਹਿਬਜ਼ਾਦੇ ਦੇ ਤੁਹਾਡੇ ਮੁੱਢ ਦਾ ਖੂਨ ਨੇ ਮੇਰਾ ਚਿਹਰਾ ਵਿੱਚੋਂ ਮੈਨੂੰ ਵੇਖਣਾ ਹਜ਼ੂਰ ਰਾਤੀ ਬਾਰਗਾਹ ਵਿੱਚ ਅਰਜ਼ ਕਰਦੇ ਨੇ ਕਿ ਮੌਲਾ ਕਰੀਮ ਜਿਸ ਤੇ ਹਸਨ ਤੇ ਹੁਸੈਨ ਰਾਜ਼ੀ ਨੇ ਉਸ ਤੇ ਮੈਂ ਵੀ ਰਾਜ਼ੀ ਤੇ ਤੂੰ ਵੀ ਰਾਜ਼ੀ ਸੁਭਾਨ ਅੱਲਾਹ ਮੈਂ ਵੀ ਅਰਜ਼ ਕਰਨਾ ਤਵੱਜਾ ਭਾਈ ਜਿਸ ਤੇ ਆ ਮੁਹੰਮਦ ਅਹਿਮਦ ਅਹਿਮਦ ਰਸੂਲ ਰਾਜ਼ੀ ਮੇਰੇ ਰਸੂਲ ਤੂੰ ਵੀ ਉਹਨਾਂ ਤੇ ਰਾਜ਼ੀ ਰਹਿ ਮੇਰਾ ਰੱਬ ਵੀ ਉਹਨਾਂ ਤੇ ਕੋਈ ਨੀ ਹੋ ਸਕਦੀ ਕਿ ਮੇਰਾ ਖੂਨ ਹੈ ਮੇਰਾ ਚਿਹਰੇ ਚੋਂ ਮੇਰਾ ਚਿਹਰਾ ਨਜ਼ਰ ਅਸੀਂ ਤੋਂ ਅੱਗੇ ਮੈਂ ਕੀ ਆਖਾਂ ਇਸ ਵਾਸਤੇ ਤਮਾਮ ਸੰਗੀ ਜਿਤਨੇ ਸੰਗੀ ਨੇ ਖਾਸ ਕਰ ਮਰਕਜ਼ੀ ਸੰਗੀ ਜਿਤਨੇ ਵੀ ਆਏ ਤਾਂ ਆਵਾਮ ਵਾਸਤੇ ਵੀ ਸਾਰੇ ਸੰਗੀ ਨੇ ਖਾਸ ਕਰ ਮੇਰੇ ਮਰਕਜ਼ੀ ਸੰਗੀ ਜਿਤਨੇ ਖਲੀਫਾ ਦਿਲੀ ਸਾਹਿਬ ਸੈਫੀ ਸਾਹਿਬ ਖਲੀਫਾ ਇਜਾਜ ਸਾਹਿਬ ਮੀਆਂ ਨਿਸਾਰ ਸਾਹਿਬ ਮਾਂ ਸਾਹਿਬ ਦੀਗਰ ਸੈਫੀ ਸਾਹਿਬ ਜਿਤਨੇ ਵੀ ਤੁਸੀਂ ਮਰਕਜ਼ੀ ਸੰਗੀ ਹੋ ਤੁਹਾਨੂੰ ਜਿੱਥੇ ਮੇਰੇ ਨਾਲ ਵਫਾ ਹੈ ਮੇਰੇ ਨਾਲ ਦਸ ਗੁਣਾ ਜ਼ਿਆਦਾ ਨਾ ਨਾਲ ਮੇਰੇ ਰਸੂਲ ਨੇ ਪੂਰੇ ਕਾਇਨਾਤ ਦੀਆਂ ਚਾਬੀਆਂ ਸਾਡੇ ਹੱਥ ਕਾਇਨਾਤ ਸਾਡੇ ਮੌਜੂਦ ਆ ਮੇਰੇ ਦੋਸਤੋ ਯਾਦ ਰੱਖਿਓ ਮਜ਼ਾ ਤਾਂ ਹੁਣ ਆਵੇਗਾ ਨਾ ਹੁਣ ਇਹ ਨਾ ਹੋਵੇ ਬਾਈ ਪੀਰ ਤੋਂ ਉੱਥੇ ਬੈਠੇ ਨੇ ਬਣੀਆਂ ਵਾਲੇ ਨਹੀਂ ਹੁਣ ਉੱਥੇ ਮੈਨੂੰ ਨਹੀਂ ਵੇਖਣਾ ਇੱਥੇ ਵੇਖਣਾ ਆਵਾਜ਼ ਨਾ ਆਏ ਇਹ ਕਿਧਰੋਂ ਆਵਾਜ਼ ਬਣੇ ਧੁੱਖਾਂ ਦੀ ਆਵਾਜ਼ ਹੋਵੇਗੀ ਜਿਹੜਾ ਆਵੇ ਆਖੇਗਾ ਜੀ ਉਹ ਜੀ ਵੱਡੇ ਪੀਰ ਨਹੀਂ ਆਏ ਚਲੋ ਆਪੇ ਫਿਰ ਡੇਰੇ ਤੇ ਜਾ ਕੇ ਮਿਲ ਲਵਾਂਗੇ ਨਹੀਂ ਨਹੀਂ ਕਾਲਾ ਮੈਨੂੰ ਤਾਂ ਸਭ ਮਿਲਦਾ ਹੈ ਮੇਰੇ ਸਾਹਿਬਜ਼ਾਦਾ ਨੂੰ ਨਹੀਂ ਮਿਲਦਾ ਤੇ ਮੈਨੂੰ ਕਾਲਾ ਮਿਲਦਾ ਮੈਂ ਬਾਤ ਉਗੋ ਕੀ ਪਹਿਲੇ ਕਮਰੇ ਤੇ ਗੱਲ ਕੀਤੀ ਸੀ ਕਿ ਕਿਸੇ ਜਰਨੈਲ ਨੂੰ ਮੈਦਾਨ ਵਿੱਚ ਉਦੋਂ ਤੱਕ ਨਹੀਂ ਉਤਾਰਿਆ ਜਾਂਦਾ ਤਾਂ ਜਦੋਂ ਤੱਕ ਉਹਦੀ ਮੁਕੰਮਲ ਤਰਬੀਅਤ ਨਾ ਹੋਵੇ ਮੁਕੰਮਲ ਤਰਬੀਅਤ ਨਾ ਹੋਵੇ ਦੋਸਤੋ ਕੱਦ ਨਹੀਂ ਵੇਖਣਾ ਕਾਦੀਆਂ ਦੇ ਚਿੱਟੀਆਂ ਦਾੜੀਆਂ ਨਹੀਂ ਵੇਖਣੀਆਂ ਕਾਦੀਆਂ ਦੇ ਚਿੱਟੀਆਂ ਦਾੜੀਆਂ ਨਹੀਂ ਵੇਖਣੀਆਂ ਕੱਦ ਨਹੀਂ ਵੇਖਣਾ ਪਿੱਛੇ ਵੇਖਣਾ ਹੈ ਸ਼ਾਹ